ਇਹ ਸ਼ੱਕ ਹੋਇਆ ਕਿ ਉਸਦੇ ਵਿੱਚ ਐਕਸਪਲੋਸਿਵ ਹੋ ਸਕਦਾ ਤੇ ਉਹਦੇ ਵਾਸਤੇ ਫਿਰ ਬੰਬ ਡਿਸਪੋਜ਼ਲ ਟੀਮ ਅਸੀਂ ਜਲੰਧਰ ਤੋਂ ਮੰਗਵਾਈ ਜੋ ਖੋਲ ਕੇ ਉਹਦੇ ਵਿੱਚ ਐਕਸਪਲੋਸਿਵ ਨਿਕਲਿਆ ਹੈਗਾ 5 ਕਿਲੋ ਦਾ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਮਿਲਿਆ ਹੈਗਾ ਆਈਈਡੀ ਮਿਲੀ ਹੈਗੀ ਇਸ ਆਈਈਡੀ ਦੇ ਵਿੱਚ ਜਿਹੜਾ ਕੰਪੋਨੈਂਟਸ ਹੈਗੇ ਆ ਜਿਹੜੇ ਪਾਰਟ ਹੈਗੇ ਉਹ ਮੈਂ ਪ੍ਰੈਸ ਨੋਟ ਵੀ ਤੁਹਾਨੂੰ ਸ਼ੇਅਰ ਕਰਕੇ ਹੈਗੇ ਵੈਸੇ ਉਹਦੇ ਵਿੱਚ 2 ਕਿਲੋ 700 ਗ੍ਰਾਮ ਐਕਸਪਲੋਸਿਵ ਹੈਗਾ ਆਰਡੀਐਕਸ ਹੈਗਾ ਤਕਰੀਬਨ 1 ਕਿਲੋ 360 ਗ੍ਰਾਮ ਉਹਦੇ ਵਿੱਚ ਲੋਹੇ ਦੀ ਬੋਲਜ ਹੈਗੀ ਆ ਤੇ 3 ਕੰਟੇਨਰ ਹੈਗੇ ਤਕਰੀਬਨ 1 ਕਿਲੋ 300 ਗ੍ਰਾਮ ਹਾਂਜੀ ਕੋਡੈਕਸ ਹੈਗੀ ਵਾਇਰ ਤੇ ਇਲੈਕਟ੍ਰੀਕਲ ਡੈਟੋਨੇਟਰ ਹੈਗੇ ਡਿਜੀਟਲ ਟਾਈਮਰ ਹੈਗੇ ਇਹ ਸਾਰਾ ਜਿਹੜਾ ਸਮਾਨ ਇਕੱਠਾ ਹੋ ਕੇ ਜਿਹੜੀ ਆਈਈਡੀ ਬਣਦੀ ਹੈ ਉਹਦੇ ਵਾਸਤੇ ਯੂਜ਼ ਹੁੰਦਾ ਹੈਗਾ ਤੋ ਤਕਰੀਬਨ 5 ਕਿਲੋ ਦਾ ਜਿਹੜਾ ਹੈਗਾ ਇਹ ਆਈਈਡੀ ਦਾ ਸਮਾਨ ਹੈਗਾ ਸੋ ਇਹਦੇ ਸੰਬੰਧ ਦੇ ਵਿੱਚ ਮੁਕੱਦਮਾ ਨੰਬਰ 8 ਜਿਹੜਾ ਹੈਗਾ ਪੁਲਿਸ ਸਟੇਸ਼ਨ ਐਸਟੀਟ ਦੇ ਵਿੱਚ ਅਸੀਂ ਦਰਜ ਕੀਤਾ ਹੈਗਾ ਤੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਫਿਲਹਾਲ ਇਸ ਮੁਕੱਦਮੇ ਦੇ ਵਿੱਚ ਕੋਈ ਅਰੈਸਟ ਵੀ ਕੀਤਾ ਗਿਆ ਹੈਗਾ ਦੇਖਣਾ ਪੈਣਾ ਕਿ ਕਿੰਨਾ ਏਰੀਆ ਹੈਗਾ ਇਸ ਬਾਰੇ ਕਹਿ ਨਹੀਂ ਸਕਦੇ ਕਿ ਡਰੋਨ ਫਿਜ਼ੀਕਲੀ ਰੱਖਿਆ ਗਿਆ ਇਨਵੈਸਟੀਗੇਸ਼ਨ ਦਾ ਪਤਾ ਚੱਲੇਗਾ ਇਹ ਜਿਹੜਾ ਅਟਾਰੀ ਤੋਂ ਬਚੀ ਵਿੱਚ ਜਾਂਦਾ ਹੈਗਾ ਰਸਤਾ ਉਹਦੇ ਵਿੱਚੋਂ ਹੀ ਸੜਕ ਚੱਲਦੀ ਹੈ ਅੱਗੇ ਨੂੰ ਡੇਰਾ ਹੈਗਾ ਡੇਰਾ ਬਾਬਾ ਗੁਲਾਬ ਸ਼ਾਹ ਉਹਦੇ ਨੇੜੇ ਜਿਹੜੇ ਕਣਕ ਦੇ ਫੀਲਡ ਹੈਗੇ ਕਣਕਾਂ ਦੇ ਉੱਥੇ ਇਹ ਰਿਕਵਰ ਹੋਇਆ ਜੀ ਓਪਨ ਚ ਹੀ ਹੈਗਾ 1 ਲੱਖ ਰੁਪਇਆ ਕੈਸ਼ ਨਾਲ ਮਿਲਿਆ ਇਹ ਪੈਕ ਉਸੀ ਪੈਕਟ ਸੀਗਾ ਜਿਹੜਾ ਸਾਰਾ ਕੰਸਾਈਨਮੈਂਟ ਆਈ ਹੈ ਉਹ ਨੀਟਲੀ ਪੈਕਡ ਸੀਗੀ ਫਿਲਹਾਲ ਤਾਂ ਅਸਲੀ ਹੈਗੇ ਬਿਲਕੁਲ ਅਸਲੀ ਨੋਟ ਇੰਡੀਅਨ ਕਰੰਸੀ ਹੈਗੀ ਦੋ ਢਾਈ ਕਿਲੋਮੀਟਰ ਦੇਖੋ ਗੱਲ ਇਹ ਕਿ ਇੰਨੀ ਵੱਡੀ ਕੰਸਾਈਨਮੈਂਟ ਹੈਗੀ ਆਰਡੀਐਕਸ ਦੀ ਤੇ ਜਾਨੀ ਮਾਲੀ ਨੁਕਸਾਨ ਕਰਨ ਵਾਸਤੇ ਹੈਗਾ ਜਿਹੜੀ ਕੰਸਾਈਨਮੈਂਟ ਹੈਗੀ ਜਿਹੜਾ ਮਾਹੌਲ ਚੱਲਦਾ ਪਿਆ ਬੇਸਿਕਲੀ ਤਾਂ ਹੁਣ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਪ੍ਰੋਬੇਬਿਲਿਟੀ ਜਿਹੜੀ ਜ਼ਿਆਦਾ ਹੈਗੀ ਪਾਕਿਸਤਾਨ ਤੋਂ ਇੱਕ ਅਸਾਈਨਮੈਂਟ ਆਈ ਸਰ ਲੋਕੇਸ਼ਨ ਤੋਂ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰ ਹੈ ਦੱਸਿਆ ਮੈਂ 2-2.5 ਕਿਲੋਮੀਟਰ ਪੋਸੀਬਿਲਟੀ ਹੈਗੀ ਇਹ ਹੁਣ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਡਿਲੀਵਰੀ ਜੇ ਪਲੇਸ ਕਿਸ ਤਰ੍ਹਾਂ ਹੋਇਆ ਤੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਨਹੀਂ ਹਲੇ ਇਸ ਬਾਰੇ ਕੋਈ ਕਾਂਟ ਕਮੈਂਟ ਨਹੀਂ ਕਿ ਡਰੋਨ ਤੋਂ ਆਈ ਕੋਈ ਬੰਦਾ ਰੱਖੇ ਗਿਆ ਨੋ ਕਮੈਂਟ ਸਰ ਪਾਸੇ ਇਲਾਕਾ ਸਰਚ ਕੀਤਾ ਗਿਆ ਹਾਂਜੀ ਇਲਾਕਾ ਹੋਰ ਵੀ ਜਿਹੜਾ ਏਰੀਆ ਹਾਂ ਸਾਰਾ ਏਰੀਆ ਸਰਚ ਕੀਤਾ ਗਿਆ ਇਸ ਵਾਰ ਕੋਈ ਰੌਂਡਅਪ ਕੀਤਾ ਗਿਆ ਨਹੀਂ ਕੋਈ ਅਰੈਸਟ ਨਹੀਂ ਹੋਇਆ ਇਹ ਸੈਕਸ਼ਨ ਹੈਗੇ ਜੀ ਸਾਡੇ 21-23 ਐਨ ਡੀ ਪੀ ਸੈਕਟ ਤੇ 25-54 ਨਾਟ ਆਰਮਜ਼
चार पांच एक्सप्लोसिव है। तुम दस रहे पहले शक सी ना, तुम दसा कि शक सी कि कंसाइनमेंट ड्रग्स भी हो सकती है, आर्म्स भी हो सकते हैं, एक्सप्लोसिव भी हो सकते, तुम पहले दसा। बड़ा हाई डैमेज कर सकता है, हाई इंटेंसिटी ब्लास्ट हो सकता है। सर एक्चुअली ज्यादातर इस्तेमाल आईईडी का जरा है उड़ान वास्ते किया जाता है, क्योंकि आरटीएस अलग फॉर्मेट है, अलग फॉर्मेट है। मंशा थानू की नजर आई है, क्योंकि लागे एक सत्संग भवन भी नजर आ रहा है, सामने टारगेट पोस्ट भी है, आरजीडी पोस्ट भी है, की समझते हो, किस तरीके ना तुसी देखते हो? इन्वेस्टिगेशन पर चलोगे, टारगेट एक्चुअली की है, बंदे राउंड अप होंगे, देन सारी कैलकुलेशन। कितने बंदे दी इन्वॉल्वमेंट तुसी समझते हो इस पूरे प्रकरण होगी? बिकॉज यू आर सर, मैं नंबर भी दे दूंगा, नंबर नहीं तो मैं दे सकता कितने बंदे इन्वॉल्व होंगे। वो सबसिक्वेंटली जो एप्लीकेबल ला दोगे जी। सर एक टेरर मॉड्यूल का पार्ट है, और जी ड्रग्स स्मगलिंग कहने का पार्ट है, क्योंकि एसटीएफ डील कर रही टेरर मॉड्यूल हो गया, एसटीएफ डील इन ड्रग्स, तो एकदम टेरर मॉड्यूल का सिस्टम आ गया। इन्फॉर्मेशन जी इनपुट आई है एसटीएफ को आई है, सो वी हैव एक्टेड एंड वी हैव मेड अ गुड रिकवरी, ठीक है ना। तो ये टेरर मॉड्यूल पर तुम देख लो कि जो आरडीएक्स यूज हो रहा तो डैमेज कर सकता है कितना। नहीं फिलहाल कोई नहीं है जी, हल्का परचा होया है, रिकवरी हुई है सवेरे, तो जड़ी जड़ी एजेंसी बने की ड्यूटी या कोऑर्डिनेट ड्यूटी। सर कुछ इस तरह की गल आ रही कि हैंड ग्रेनेड डेटोनेटर भी नाल मिले सी, वो ऐसा पार्ट सी कि वो अलग चीज सी? नहीं डेटोनेटर पार्ट है बट ग्रेनेड नहीं है। डेटोनेटर नाल उड़ान की जी गल होंगी, क्योंकि कनैक्ट किया जाता है, चक लग रहा कि कितने होर कनैक्ट करना करेगा ना, असैम्बल कितने होर होगा जिथे भी टारगेट है, मतलब रॉ सामग्री रॉ, हां बेसिक पॉसिबिलिटी पाकिस्तान तो ही आई है जी। मैं कमेंड करूंगा कि पुरानी है, जो केमिकल एग्जामिनेशन होगा दैट विल क्लैरिफाई कि कितना है, कितनी है, कारगर है कि नहीं है, केमिकल रिपोर्ट ही दसे। एनीथिंग एल्स? देखो गल सुनो, हले मैं किसी नाल लिंक कर दा, गलत गल है, इन्वेस्टिगेशन एंड रिकवरी हुई है, इन्वेस्टिगेशन करके जो भी फैक्ट्स आएंगे वी विल गेट दैट टू शेयर करांगे थोड़े नाल, पर इन्वेस्टिगेशन चलन भी होगा। जिहड़े पिछले मिशन ब्लास्ट होया सी राजस्थान दी नेड़े, जां मतलब उन्हां दे जां बाकी होर भी टेरर मॉड्यूल पड़े उन्हां दे नाल नहीं सर, इन्हां दा कितने लिंक है? फिर वही गल मैं कह रहा, हाले जब बदला कोई राउंड अप ही नहीं होया, किसी इंटेलिजेंस इनपुट के बेस से रिकवरी हुई है, तो लेट अस जस्ट वेट फॉर द नेक्स्ट। सू वैसे पार्सल बना ले है जिद रिकवरी की है, तो दिखा देना करता क्योंकि इजाजत नहीं, रिकवरी होगी। हाँ सर ऑपरेशन इज ओवर कि स्टिल गोइंग ऑन? इन्वेस्टिगेशन का कोई नहीं, बैग कुछ नहीं है, लिफाफा सीगा सड़क के नाल कनक के फील्ड च पिया। चार सौ पांच सौ मीटर तक तेन दिखा दे निकल, पैकेट्स बना रहे होने, पैकेट से बन गए तेन दिखा देना, ठीक है जी, थैंक यू।